ਆਜ ਫੱਟੇ ਚੱਕ ਲੈਣ ਦੇ ਹੋ ਚੱਕ ਲੈਣ ਦੇ ਅੰਡੀ ਮੰਡੀ ਸੰਡੀ ਹੁਣ ਚੱਲਦੇ ਆ ਮੰਡੀ ਆਇਆ ਜੀ ਆਪਣਾ ਫਾਈਨਲ ਸਟਾਕ ਆਈ ਹੋਇਆ ਸਾਰੇ ਦੇਵੀ ਦੇਵਤੇ ਹੋ ਹੈਲੋ ਗਾਇਸ ਐਂਡ ਗਾਇਸਨੀਜ਼ ਵੈਲਕਮ ਟੂ ਡੇ ਵਿਦ ਸਨ ਬਲੌਗਸ ਨਵੇਂ ਗਰਮ ਗਰਮ ਬਲੌਗ ਮੈਂ ਆਪਣਾ ਸਵਾਗਤ ਹੈ ਮਤਲਬ ਅੱਜ ਆਪਣੇ 365 ਡੇ ਚੱਲੇ ਦਾ ਡੇ 83 ਅਤੇ ਅੱਜ ਵੀ ਆਪਾਂ ਟਾਈਮ 'ਤੇ ਉੱਠ ਚੁੱਕੇ ਹਾਂ ਕੱਲ੍ਹ ਵਾਲੇ ਟਾਈਮ 'ਤੇ ਉੱਠ ਚੁੱਕੇ ਹਾਂ 6 ਵਜੇ ਹੁਣ 7 ਵਜੇ ਨਾਲੇ ਆ ਸਭ ਤੋਂ ਪਹਿਲਾਂ ਚੀਟਾ ਦੁੱਧ ਲੈਣ ਚੱਲਦੇ ਹਾਂ ਮਿੱਤਰੋ ਚਿੱਟਾ ਦੁੱਧ ਟਾਈਮ ਮੀਂਹ ਪੈਣ ਕਰਕੇ ਕਾਫੀ ਠੰਡਾ ਠੰਡਾ ਜਿਹਾ ਲੱਗਦਾ ਸਵੇਰੇ ਸਵੇਰੇ ਅਜੇ ਮੈਂ ਕੱਛਾ ਜਿਹਾ ਪਾ ਕੇ ਆ ਗਿਆ ਫਰਨ ਫਰਨ ਕਰਦਾ ਫਿਰਦਾ ਜੇ ਉਹ ਕਾਲੀ ਸ਼ਕਤੀਆਂ ਦੀ ਆਹ ਵੀ ਸਮਾਨ ਅੱਜ ਆਪਾਂ ਡਰਾਮਾ 'ਚ ਪਾਉਣਾ ਜਿੰਮ ਤੋਂ ਆ ਕੇ ਜਿੰਮ ਦੁਬਾਰਾ ਲੱਗਣਾ ਸੋ ਟਾਈਮ ਅਭੀ 7:30 ਹੋਏ ਹੈ ਔਰ ਹਮ ਜਿੰਮ ਮੇ ਪਹੁੰਚ ਚੁੱਕੇ ਹੈ ਅਭੀ ਜਿੰਮ ਪਾਦਰਾ ਪਾਦਰਾ ਸਾ ਲੱਗ ਰਿਹਾ ਹੈ ਕੋਈ ਵੀ ਨਹੀਂ ਆਇਆ ਹੈ ਵੈਸੇ ਵੀ ਕੌਣ ਕਿਤਨੇ ਇਕਾਤੇ ਹੈ ਯਹਾਂ ਪੇ ਟੁਡੇ ਵੀ ਆਰ ਹੈਵਿੰਗ ਆਰ ਸੈਕੰਡ ਪੁਸ਼ ਡੇ ਆਫ ਦਿਸ ਵੀਕ ਪੁਸ਼ ਡੇ ਮਤਲਬ ਚੈਸਟ ਹੋਲਡਰ ਟ੍ਰਾਈਸੈਪ ਪਹਿਲੇ ਹਮ ਲਗਾਏਂਗੇ ਜੇ ਵਾਲਾ ਇਸ ਪੇ ਲੰਮਾ ਲੇਟ ਕੇ ਸੋ ਜਾਏਂਗੇ ਫਿਰ ਇਸਕੋ ਉਠਾਏਂਗੇ ਚਲੋ ਜੀ ਮਿੱਤਰੋ ਅੱਜ ਦਾ ਹਾਈ ਇੰਟੈਂਸਿਟੀ ਵਰਕਆਊਟ ਤਾਂ ਹੋ ਗਿਆ ਡਨ ਘਰੇ ਜਾ ਕੇ ਵੀ ਵਰਕਆਊਟ ਕਰਨਾ ਪੈਣਾ ਮਾਮਾ ਹਾਂਜੀ ਨਾਲ ਸਤਿਪ੍ਰੀਤ ਉੱਠ ਯਾਰ ਐ ਨਾ ਕਰ ਅਜੇ ਢੇਰ ਪਿਆ ਸਾਰਾ ਅਜੇ ਵਰਕਆਊਟ ਕਰੀਏ ਪਹਿਲਾਂ ਰੱਖੀਏ ਡਰਮ ਨੂੰ ਆਪਣੀ ਸਰੋਂ ਫਿਲਟਰ ਆਊਟ ਹੋ ਚੁੱਕੀ ਆ ਫਾਈਨਲ ਆਊਟ ਬੜਾ ਚੁੱਕੀ ਇਹਦੀ ਅੰਦਰ ਇੱਧਰ ਡਰਮ ਵਾਲੀ ਜਗ੍ਹਾ 'ਤੇ ਪੋਚੇ ਪਾਚੇ ਲੱਗ ਚੁੱਕੀ ਆ ਕਹਿੰਦੇ ਡਰਮ ਰੱਖੀਏ ਪਹਿਲਾਂ ਹਾਲੇ 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 ਮੁੰਡੇ ਦੇ ਜੀਜਾ ਜੀ ਉਹ ਸਾਹਮਣੇ ਵਿਆਲੀ ਜੋੜੀ ਪਹੁੰਚ ਚੁੱਕੀ ਹੈ ਨਵੇਂ ਕੋਰੀਅਰ ਆਇਆ ਇੱਕ ਬਾਅਦ 'ਚ ਕਰਦੇ ਅਨਬੋਕਸ ਇਹਦੀ ਪਹਿਲਾਂ ਇਹਨੂੰ ਅਨਬੋਕਸ ਕਰ ਲਈਏ ਇੱਕ ਜਿੰਮ ਹੈਵੀ ਲਾਇਆ ਹੋਇਆ ਇੱਕ ਕੱਲ੍ਹ ਦੀ ਲੈਗ ਲਾਈ ਹੋਈ ਆ ਕੱਲ੍ਹ ਦੀਆਂ ਲੱਤਾਂ ਲਾਈਆਂ ਹੋਈਆਂ ਉਹਦੇ ਕਰਕੇ ਟੁੱਟਿਆ ਪਿਆ ਸਰੀਰ ਹਜੇ ਵੀ 25 ਬੋਰੇ ਆਹ ਆ ਅਤੇ 2 ਅੰਦਰ ਪਏ ਆ ਟਾਈਮ ਕਿੰਨਾ ਹੋਇਆ ਕਿੱਥੇ ਟਾਈਮ 11:43 ਹੋ ਗਏ ਬੋਲੇ ਸੋਨੇ ਹਾਲ ਸਾਹ ਸਰੀ ਜੈ ਮਾਤਾ ਦੀ ਹਾਲੇਲੂਇਆ ਜੈ ਸ਼੍ਰੀ ਰਾਮ ਆਈ ਹੋਏ ਸਾਰੇ ਦੇਵੀ ਦੇਵਤੇ ਹੋ ਆਹ ਸਲਾ ਤਾਂ ਆਪਣਾ ਉਦਣ ਦਾ ਹੀ ਤਿਆਰ ਪਿਆ ਸੀ ਲਓ ਜੀ ਸਪੋਰਟ ਸਿਸਟਮ ਆ ਗਿਆ ਹੁਣ ਕੰਮ ਸੌਖਾ ਕਰਾਂਗੇ ਇੱਥੋਂ ਫੜੀ ਚੱਲੀ ਠੀਕ ਆ ਬੋਰੇ ਬਹੁਤ ਵੱਡੇ ਵੱਡੇ ਅੱਜ ਜ਼ਿਆਦਾ ਭਾਰ ਹੋ ਗਏ ਆਜ ਫੱਟੇ ਚੱਕ ਲੈਣ ਦੇ ਹੋ ਚੱਕ ਲੈਣ ਦੇ ਆਜ ਫੱਟੇ ਚੱਕ ਲੈਣ ਦੇ ਹੋ ਚੱਕ ਲੈਣ ਦੇ ਉਹ ਚੱਕ 12 ਵਜੇ 1 ਮਿੰਟ ਹੋਇਆ ਤੇ ਫਿਨਿਸ਼ ਕੰਮ 43:44 ਤੇ ਲੱਗੇ ਸੀ 15 ਕੁ ਮਿੰਟ 'ਚ ਹੋ ਗਿਆ 15 'ਚ 17 'ਚ ਹੋ ਗਿਆ ਚਲੋ ਜੀ ਲਾਤੀਆਂ ਤੇ ਹੈ ਤੂੰ ਹਾਂ ਕੰਮ ਡਨ ਨਹਾ ਧੋ ਕੇ ਮਿਲਦੇ ਹੁਣ ਆਹ ਬੋਰੀਆਂ ਵੀ ਛੱਡ ਕੇ ਆਉਣੀਆਂ ਮੰਡੀ ਵਾਲੀਆਂ ਆਪਾਂ ਹੁਣ ਗਿਣਤੀ ਮਾਰ ਲਈ ਪਹਿਲਾਂ ਇਹਨਾਂ ਦੀ ਮਿੱਤਰੋ 2:30 ਵੱਜ ਚੁੱਕੇ ਆ ਅਤੇ ਜਾਣਾ ਸੀ ਪਹਿਲਾਂ ਆਪਾਂ ਮੰਡੀ 'ਚ ਬੋਰੀਆਂ ਲੈ ਕੇ ਬਟ ਪਹਿਲਾਂ ਮੋਟਰ 'ਤੇ ਆਏ ਹਾਂ ਤੂੜੀ ਵਾਲਾ ਕੰਮ ਆਪਣਾ ਜਿਹੜਾ ਰੁਕਿਆ ਹੋਇਆ ਸੀ ਪਰਸੋਂ ਦਾ ਦੁਬਾਰਾ ਸਟਾਰਟ ਹੋ ਚੁੱਕਾ ਮੋਟਰ 4 ਵਾਲਾ ਕੰਮ ਰਹਿ ਗਿਆ ਥੋੜ੍ਹਾ ਜਿਹਾ ਬਾਕੀ ਇੱਥੇ ਮੋਟਰ 3 ਦੇ ਵੀ ਥੋੜ੍ਹਾ ਜਿਹਾ ਏਰੀਆ ਰਹਿੰਦਾ ਫਿਰ ਡਨ ਆ ਕੰਮ ਅੱਜ ਡਨ ਹੋ ਜਾਣਾ ਤੂੜੀ ਬਣਾਉਣ ਵਾਲਾ ਇਹਦੇ ਦੁਆਲੇ ਗੇੜੇ ਲਾਉਣੇ ਸੀਗੇ ਯਾਰ ਆਪਾਂ ਅਜੇ ਤੱਕ ਲਾ ਨਹੀਂ ਹੋਏ ਟਰੈਕਟਰ ਜਸ ਕੇ ਗਿਆ ਹੋਇਆ ਸ਼ਾਮ ਨੂੰ ਲੈ ਕੇ ਲਾਉਣੇ ਇੱਥੇ ਗੇੜੇ ਵਾਲੇ ਦੁਆਲੇ ਚੈੱਕ ਕਰਨੇ ਸੀਗੇ ਇੱਕ ਵਾਰ ਕਿ ਆ ਗਏ ਕਿ ਨਹੀਂ ਫੋਨ ਆਇਆ ਸੀਗਾ ਮਸ਼ੀਨ ਵਾਲਿਆਂ ਦਾ ਕੋਠੀ 'ਚ ਪਹੁੰਚ ਚੁੱਕੇ ਹਾਂ ਇੱਥੇ ਮੋਟਰ ਦਾ ਕੰਮ ਤੁਹਾਨੂੰ ਪਤਾ ਖਰਾਬ ਹੋਈ ਸੀਗੀ ਚੱਲ ਨਹੀਂ ਰਹੀ ਸੀਗੀ ਸੋ ਮੋਟਰ 'ਚ ਪ੍ਰੋਬਲਮ ਸੀਗੀ ਉਹ ਵੀ ਸਹੀ ਕਰਤੀ ਮਿਸਤਰੀ ਸਾਹਿਬ ਉਹਨਾਂ ਨੇ ਚਲਾ ਕੇ ਦੇਖ ਲੈਂਦੇ ਹਾਂ
ਕਾਫੀ ਦਿਨਾਂ ਤੋਂ ਬੂਟੇ ਨੂੰ ਪਾਣੀ ਵੀ ਨਹੀਂ ਪਿਆ। ਆ ਗਿਆ ਪਾਣੀ, ਉਹਦੇ ਥੱਲੇ ਕਰਦੇ, ਉੱਥੇ ਕਰਦੇ। ਚਲੋ ਸੈੱਟ ਆ ਕੰਮ। ਗੱਡੀ ਤਾਂ ਦੇਖੋ ਕੀ ਬਣ ਗਿਆ, ਸੀਜ਼ਨ ਚੱਲ ਰਿਹਾ ਕਰਕੇ ਕਣਕ ਕੁਣਕ ਵੱਢ ਹੋ ਰਹੀ, ਤੂੜੀ ਚਾੜੀ ਬਣਦੀ ਆ, ਮਿੱਟੀ ਮਿੱਟੀ ਹੋਈ ਪਈ ਆ ਸਾਰੇ ਪਾਸੇ। ਇਹ ਹੁਣ ਲੈਣੀ ਵੀ ਨਹੀਂ, ਹਾਂ ਮੋਟਰਸਾਈਕਲ ਦੇ ਅੰਦਰ। ਹੁਣ ਆਪਾਂ ਜਾਣਾ ਬੋਰੇ ਛੱਡਣ ਮੰਡੀ, ਇੱਥੇ ਹੀ ਆਪਾਂ ਨੂੰ ਵਿਛਾਉਣਾ ਪੈਣਾ ਕੁਛ, ਨਹੀਂ ਤਾਂ ਉਹ ਚਿੰਬੜ ਜਾਣਾ ਉੱਥੇ ਰੂੰ ਜਿਹਾ ਉਹਦਾ, ਲੂੰਗੀ ਜੀ ਰੂੰ ਨਹੀਂ, ਕੋਈ ਕੱਪੜਾ ਵਿਛਾ ਲੈਂਦੇ ਥੱਲੇ। ਚਲੋ ਜੀ ਹੋ ਗਿਆ ਲੋਡ, ਮੰਡੀ ਤੋਂ ਜਾਣ ਤੋਂ ਪਹਿਲਾਂ ਦੀ ਪ੍ਰੋਟੈਕਸ਼ਨ ਲੈ ਲਈ। ਆਂਡੀ ਮੰਡੀ ਸੰਡੀ, ਹੁਣ ਚੱਲਦੇ ਹਾਂ ਮੰਡੀ। ਇੱਕ ਤਾਂ ਆਪਾਂ ਮੰਡੀ ਜਾਣਾ, ਬਾਕੀ ਇੱਕ ਦੋ ਕੰਮ ਹੋਰ ਹੈਗੇ ਕਰਨ ਵਾਲੇ, ਉਹ ਜਾ ਕੇ ਕਰਾਂਗੇ ਜੇ ਹੋਈ। ਮੰਡੀ 'ਚ ਤਾਂ ਖਾਲੀ ਹੋਣੀ ਸ਼ੁਰੂ ਹੋ ਗਈ। ਬੋਰੀ ਲੈ ਲਓ, ਬੋਰੀ ਲੈ ਲਓ, ਕੰਮ ਚੱਲੀ ਜਾਂਦਾ ਹਜੇ। ਚਲੋ ਜੀ ਹੁਣ ਡਨ ਐਂਡ ਡਸਟਡ, ਕੰਮ ਫਾਈਨਲ ਵੀ ਕੰਮ ਹੋ ਚੁੱਕਾ ਸਾਰਾ। ਜਿਹੜੀ ਮੰਡੀ ਦੀ ਅਮਾਨਤ ਸੀਗੀ ਵਾਪਸ ਕਰਤੀ। ਹੁਣ ਆਪਣੇ ਆਲਮੋਸਟ ਸਾਰੇ ਕੰਮ ਖਤਮ ਹੋ ਗਿਆ, ਮੰਡੀ ਵਾਲਾ ਵੀ, ਮੰਡੀ ਵਾਲਾ ਸਾਰਾ ਕੰਮ ਹੀ ਫਿਨਿਸ਼ ਹੋ ਗਿਆ, ਘਰੇ ਡਰਮਾ 'ਚ ਪਾਉਣ ਵਾਲਾ ਕੰਮ ਵੀ ਹੋ ਗਿਆ, ਬਸ ਤੂੜੀ ਵੀ ਅੱਜ ਬਣ ਜਾਣੀ ਆ, ਬਸ ਤੂੜੀ ਵੇਚਣ ਵਾਲਾ ਕੰਮ ਰਹਿ ਜਾਣਾ। ਵੀ ਆਰ ਆਲਮੋਸਟ ਦੇਅਰ, ਚਲੀਏ ਅਬ ਚਲਤੇ ਹੈ ਵਾਪਸ ਮੰਡੀ ਸੇ, ਮੰਡੀ ਫਾਈਨਲ ਗੁੱਡ ਬਾਏ, ਟਾਟਾ ਟਾਟਾ ਬਾਏ ਬਾਏ, ਅਕਤੂਬਰ ਮੈਂ ਮਿਲੇਂਗੇ ਫਿਰ ਸੇ। ਇੱਕ ਸੀਜ਼ਨ ਹਜੇ ਖਤਮ ਹੋਇਆ, ਖਤਮ ਹੋ ਰਿਹਾ, ਦੂਜੇ ਦਾ ਕੰਮ ਪਹਿਲਾਂ ਹੀ ਚੱਲੀ ਜਾਂਦਾ ਨਾਲ ਦੀ ਨਾਲ ਹੀ। ਝੋਨੇ ਦਾ ਵੀ ਆਪਣਾ ਇੱਕ ਰਹਿੰਦਾ ਲੈਣ ਵਾਲਾ, ਲੁਧਿਆਣੇ ਵੀ ਨਹੀਂ ਮਿਲਿਆ ਸੀਗਾ, ਅਵੇਲੇਬਲ ਨਹੀਂ ਸੀਗਾ ਉਦਣ, ਅਤੇ ਇੱਥੇ ਜਿਹੜਾ ਆਪਾਂ ਕੇ ਵੀ ਕੇ ਸੈਂਟਰ ਉੱਥੇ ਵੀ ਨਹੀਂ ਮਿਲਿਆ ਸੀਗਾ। ਹੁਣ ਕੱਲ੍ਹ ਨੂੰ ਲੁਧਿਆਣੇ ਜਾਣਾ ਆ, ਫੋਨ ਕਰਕੇ ਪਤਾ ਕਰਾਇਆ ਮੈਂ, ਪਤਾ ਕੀਤਾ ਮੈਂ, ਕਹਿੰਦੇ ਹੈਗਾ ਆ। ਹੁਣ ਇੱਧਰ ਆਏ ਤਾਂ ਹੈਗੇ ਇੱਕ ਵਾਰ ਕੇ ਵੀ ਕੇ ਸੈਂਟਰ, ਉਦਣ ਇੱਕ ਦਿਨ ਆਏ ਸੀਗੇ ਜਿੱਥੇ, ਸੇਮ ਉੱਥੇ ਇੱਕ ਵਾਰ ਦੁਬਾਰਾ ਮੈਂ ਕਿਹਾ ਚਲੋ ਪਤਾ ਕਰ ਦਿੰਦੇ, ਸ਼ਾਇਦ ਗੇੜਾ ਵੱਜਵੇ ਲੁਧਿਆਣੇ ਦਾ। ਇੱਧਰ ਦੇਖੋ ਕਿੰਨਾ ਵਧੀਆ ਸਿਸਟਮ ਜਿਹਾ ਬਣਾਇਆ ਇਹਨਾਂ ਨੇ, ਆਹਾ ਹਾ ਹਾ ਲੈ ਹਿੱਲ ਸਟੇਸ਼ਨ ਬਣਾਈ ਫਿਰਦੇ ਆ ਤਾਂ। ਨਾ ਬਈ ਬਣੀ ਨਹੀਂ ਗੱਲ ਅੱਜ ਵੀ। ਚਲੋ ਜੀ ਮੰਡੀ ਵਾਲਾ ਕੰਮ ਹੋ ਗਿਆ ਆ, ਹੁਣ ਇੱਕ ਦੋ ਕੰਮ ਹੋ ਰਿਹਾ ਉਹ ਕਰ ਲਈਏ। ਇੱਕ ਤਾਂ ਬਾਈ ਟੀ ਸ਼ਰਟਾਂ ਜੀਆਂ ਲੈਣੀਆਂ ਥੋੜ੍ਹੀਆਂ ਜਿਹੀਆਂ, ਉੱਦਣ ਆਪਾਂ ਆਏ ਸੀ ਇਕੱਲੇ ਪਜਾਮੇ ਲੈ ਕੇ ਮੁੜ ਗਏ, ਟੀ ਸ਼ਰਟਾਂ ਅਵੇਲੇਬਲ ਨਹੀਂ ਸੀਗੀਆਂ, ਨਵਾਂ ਸਟੋਕ ਆਉਣ ਵਾਲਾ ਸੀਗਾ, ਜਾ ਕੇ ਲਓ ਵੀ ਘਰੇ ਪਾਉਣ ਵਾਲੀਆਂ ਲੈਣੀਆਂ ਮੈਂ, ਕੰਫਰਟੇਬਲ ਜੀਆਂ ਜਿਹੜੀਆਂ ਹੁੰਦੀਆਂ ਨਾ। ਦਿਲਪ੍ਰੀਤ ਆਹ ਲੈ ਕੇ ਚੱਲਦੇ ਹਾਂ, ਇਹ ਪਾ ਕੇ ਕੱਦੂ ਕਰਾਂਗੇ। ਚਲੋ ਸ਼ੋਪਿੰਗ ਡਨ ਜੀ, ਬਾਈ ਫੋਨ ਦਾ ਗਾਰਡ ਪਵਾ ਲਿਆ, ਜਿਹੜਾ ਗਾਰਡ ਟੁੱਟਾ ਸੀਗਾ ਆਪਣੇ ਦਾ, ਫੋਨ ਦਾ ਮਿੱਤਰੋ ਗਾਰਡ ਦਾ ਪਵਾ ਲਿਆ, ਤਰਾ ਤਰੋ 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 ਤਾਜ਼ਾ ਹੋ ਗਿਆ ਫੋਨ। ਹੁਣ ਆਪਾਂ ਬਾਈ ਜੀ ਲੈਣੀਆਂ ਕੁਰਸੀਆਂ ਘਰ ਲਈ, ਕਿਉਂਕਿ ਆਪਣੇ ਸੈਟਅਪ ਤਾਂ ਵਿਕ ਚੁੱਕੀਆਂ, ਇੱਧਰ ਵੀ ਹੈਗੀਆਂ ਵੇ, ਉਹ ਤਾਂ ਉਦੇ ਡਾਹੀ ਲੱਗਦੀ ਕਿਸੇ ਨੇ। ਕਲਰ ਹੋਰ ਹੈ ਹੀ ਨਹੀਂ, ਆਹੀ ਭਾਜੀ ਇੱਕ ਹੀ ਬਾਈ ਪੁੱਤਰੋ, ਕੁਰਸੀ ਵਾਲਾ ਕੰਮ ਤਾਂ ਬਣਿਆ ਨਹੀਂ, ਰੰਗ ਨਹੀਂ ਪਸੰਦ ਆਇਆ, ਕੁਰਸੀ ਵੀ ਨਹੀਂ ਪਸੰਦ ਆਈ। ਸਮਾਨ ਬਹੁਤ ਜ਼ਿਆਦਾ ਹੈ ਨਾ, ਚੱਕ ਲਿਆ ਪਰਸ ਜਿਹਾ ਲੋਹੇ ਦਾ, ਇੱਦਾਂ ਕਰ ਇਹਨੂੰ ਇਸ ਹੱਥ 'ਚ ਫੜ ਲਾ, ਉਹਨੂੰ ਉਸ ਹੱਥ 'ਚ ਫੜ ਲਾ, ਹਾਂ ਆਹ ਠੀਕ ਆ। ਥੋੜ੍ਹਾ ਜਿਹਾ ਸੌਦਾ ਉੱਦਣ ਮਿਸ ਹੋ ਗਿਆ ਸੀ ਕੰਮ, ਉਹ ਹੁਣ ਲੈਣਾ, ਹੁਣ ਫਿਰ ਭੁੱਲ ਗਿਆ ਕੀ ਸੀਗਾ, ਡੱਬੀਆਂ ਬੀੜੀ ਬੀੜੀ ਕੀ ਡੱਬੀਆਂ, ਬੀੜੀ ਪਾਲਣ ਵਾਲੀਆਂ ਡੱਬੀਆਂ, ਮਾਚਿਸ ਨਹੀਂ ਕਹਿਣਾ, ਬੀੜੀ ਪਾਲਣ ਵਾਲੀਆਂ ਡੱਬੀਆਂ ਚਾਹੀਦੀ। ਪੀਨਟ ਬਟਰ ਜਿਹੜਾ ਆਪਾਂ ਨੂੰ ਚਾਹੀਦਾ ਉਹ ਹੈ ਨਹੀਂ ਗਾ, ਡਾਰਕ ਚੋਕਲੇਟ ਹੈ, ਇਹ ਸਾਡੀ ਲੰਘਦੀ ਜੀ ਨਹੀਂ, ਔਨਲਾਈਨ ਮੰਗਾਵਾਂਗੇ। ਚਲੋ ਜੀ ਵਰਕ ਡਨ, 5:30 ਹੋ ਚੁੱਕਿਆ, ਚੱਲੀਏ ਪਿੰਡ ਵੱਲ ਨੂੰ, ਐਡੀਟਿੰਗ ਵੀ ਸਾਰੀ ਪਈ ਆ, 4:30 ਹੋਏ ਹੈ, ਤੂੜੀ ਤਾਂ ਮੇਰੇ ਖਿਆਲ ਨਾਲ ਆਪਣੀ ਬਣ ਗਈ ਹੋਣੀ ਆ, ਬਾਕੀ ਜਾ ਕੇ ਚੈੱਕਆਊਟ ਕਰਦੇ ਹਾਂ ਇੱਕ ਵਾਰ। ਕੁਰਸੀਆਂ ਦਾ ਕੰਮ ਬਣਿਆ ਨਹੀਂ ਹੈਗਾ, ਜ਼ਿਆਦਾ ਮੈਨੂੰ ਵਧੀਆ ਜਿਹਾ ਨਹੀਂ ਲੱਗਿਆ, ਮੈਂ ਫਿਰ ਰੰਗ ਦਾ ਬਹਾਨਾ ਬਣਾਇਆ ਅਤੇ ਫਿਰ ਆਇਆ, ਕਲਰ ਕਹਿ ਕੇ ਆਏ ਵੀ, ਅਗਲੇ ਨੂੰ ਇੱਦਾਂ ਵੀ ਨਹੀਂ ਕਹਿ ਸਕਦੇ ਚੀਜ਼ ਮਾੜੀ ਹੈ ਤੇਰੀ। ਚਲੋ ਵੀ ਚੱਕ ਲਓ ਸੌਦਾ। ਲਓ ਜੀ ਮਿੱਤਰੋ, ਤੂੜੀ ਵਾਲਾ ਕੰਮ ਦਾ ਆਪਣਾ ਫਿਨਿਸ਼ ਹੋ ਚੁੱਕਾ, ਮੋਟਰ 4 'ਤੇ ਬਣ ਚੁੱਕੇ ਆ। ਇੱਕ ਵਾਰ ਫੋਨ ਕਰਕੇ ਉਹਨਾਂ ਨੂੰ ਪਤਾ ਕਰ ਲੈਂਦੇ ਵੀ ਕਿੰਨੀਆਂ ਬਣੀਆਂ, ਫਿਰ ਉਸ ਹਿਸਾਬ ਨਾਲ ਕੰਮ ਬਿਜ਼ਨਸ ਕਰਦੇ ਹਨ। ਉਹ ਮੁਕੇਸ਼ ਅੰਬਾਨੀ ਨੂੰ ਵੇਚੀਏ ਘਾੜਾਨੀ ਨੂੰ। ਆਇਆ ਜੀ ਆਪਣਾ ਫਾਈਨਲ ਸਟਾਕ,
ਇਹਦਾ ਦੇਖ ਕੇ ਅੰਦਾਜ਼ਾ ਨਹੀਂ ਲੱਗਣਾ, 15 ਕੁ ਦਾ ਤਾਂ ਅੰਦਾਜ਼ਾ ਹੈਗਾ, 15 ਕੁ ਤਾਂ ਹੋ ਜਾਣੀਆਂ ਚਾਹੀਦੀਆਂ ਸੀਗੀਆਂ, 15 ਤੋਂ ਵੱਧ ਹੋਣਗੀਆਂ। ਇਹਦੇ ਆਲੇ ਦੁਆਲੇ ਗੇੜਾ ਲਾਉਣਾ ਸੀਗਾ ਯਾਰ, ਅੱਜ ਹੁਣ ਆਪਣਾ ਫੇਰ ਕੰਮ ਮਿਸ ਹੋ ਜਾਣਾ ਮੈਨੂੰ ਲੱਗਦਾ, ਕਿਉਂਕਿ ਇੱਕ ਤਾਂ ਟਰੈਕਟਰ ਆਪਣਾ ਖੜਾ ਜੱਸ ਕੇ, ਦੂਸਰਾ ਮੈਂ ਹਜੇ ਵਲੋਗ ਮੇਰਾ ਅੱਜ ਵਾਲਾ ਸਾਰਾ ਐਡਿਟ ਕਰਨ ਵਾਲਾ ਪਿਆ, ਕੱਲ੍ਹ ਸਵੇਰ ਨੂੰ ਆਪਾਂ ਲੁਧਿਆਣੇ ਜਾਣਾ ਛੇਤੀ ਛੇਤੀ। ਮੇਰਾ ਵਿੱਚ ਵਿੱਚ ਜੀ ਕਰਦਾ, ਕਿਉਂਕਿ ਆਪਣਾ ਸ਼ਡਿਊਲ ਫਸਿਆ ਹੋਇਆ, ਕੰਮ ਵਾਲੇ ਆ, ਮੇਰਾ ਜੀ ਕਰਦਾ ਵੀ ਅੱਗ ਲਾ ਦਈਏ, ਕੰਮ ਸੌਖਾ ਹੋ ਜਾਣਾ, ਹੋਰ ਕੀ, ਅੱਗ ਲਾ ਦਿਓ ਬਸ, ਪੱਧਰਾ ਮੁੜ ਕੇ ਪਾਣੀ ਲਾ ਕੇ ਬਾਹ ਲਓ, ਜੇ ਮੀਂਹ ਪੈ ਗਿਆ ਪਾਣੀ ਦੀ ਨਹੀਂ ਲੋੜ। ਜੇ ਆਪਾਂ ਅੱਗ ਨਾ ਲਾਈਏ ਪਹਿਲਾਂ ਇਹਨੂੰ ਇੱਕ ਵਾਰ ਤਵੀਆਂ ਨਾਲ ਬਾਵਾਂਗੇ, ਫਿਰ ਪਾਣੀ ਲਾਵਾਂਗੇ, ਫਿਰ ਇੱਕ ਵਾਰ ਬਾਵਾਂਗੇ, ਅਤੇ ਮਤਲਬ ਜਬ ਜੇ ਜ਼ਿਆਦਾ ਹੋ ਜਾਣੇ ਤਾਂ ਕਰਨਾ ਵੀ ਹੁਣੇ ਹੀ ਪੈਣਾ, ਮਤਲਬ ਇੱਕ ਦੋ ਦਿਨ 'ਚ ਹੀ, ਕਿਉਂਕਿ ਜਦੋਂ ਅੱਗਾਂ ਲੱਗਣ ਲੱਗ ਪਈਆਂ ਫਿਰ ਸਾਰਾ ਚੱਕਿਆ ਜਾਣਾ। ਇਰਾਦਾ ਵੈਸੇ ਮੇਰਾ ਇਹੀ ਆ ਵੀ ਨਾ ਲਾਈ ਜਾਵੇ ਅੱਗ, ਦੇਖਦੇ ਹਾਂ ਯਾਰ, ਹੁਣ ਆਪਣਾ ਸਾਲਾ ਸਿਸਟਮ ਬਹੁਤ ਫਸ ਚੁੱਕਾ ਹੈ, ਕੋਠਾ ਬਣਾਉਣ ਵਾਲਾ ਇਹਦਾ ਵੀ ਯਾਦ ਆ ਗਿਆ ਹੁਣ, ਉਹ ਆਹੋ ਹੀ ਕਦੋਂ ਬਣੂਗਾ, ਬੰਦੇ ਹੀ ਨਹੀਂ ਪਹੁੰਚ ਰਹੇ ਆਪਣੇ ਹਜੇ, ਪਤਾ ਨਹੀਂ ਕਿਹੜੇ ਬ੍ਰੈਡ ਪਕੌੜੇ ਖਾਈ ਜਾਂਦੇ ਬੈਠੇ ਉੱਥੇ। ਕੰਮ ਵਾਲਾ ਫਸ ਗਿਆ, ਪੋਡਕਾਸਟ ਕਰਨ ਜਾਣਾ ਹਜੇ ਵੀਰ ਜੀ, ਹਜੇ ਆਪਣਾ ਮੇਨ ਚੈਨਲ ਵੀ ਹੈਗਾ, ਲੈ ਮੈਂ ਯੂਟਿਊਬਰ ਹਾਂ ਸੱਚ ਯਾਰ। ਚੱਲ ਦਿਲਪ੍ਰੀਤ ਆ ਗਿਆ, ਇਹ ਇੱਦਾਂ ਕੰਮ ਥੋੜ੍ਹਾ ਸੌਖਾ ਮੈਨੇਜ ਹੋ ਗਿਆ, ਆਹ ਕਣਕ ਕੁਣਕ ਵਾਲਾ ਪਤਾ ਜਿਹਾ ਨਹੀਂ ਲੱਗਾ ਵਾਲਾ, ਇੱਥੋਂ ਮਾੜਾ ਮਾੜਾ ਸਾਫ਼ ਕਰ ਦਿੰਦੇ ਹਾਂ, ਟਰਾਲੀ ਖੜਨੀ ਇੱਥੇ। ਚਲੋ ਜੀ, ਟਰੈਕਟਰ ਟਰਾਲੀ ਦਾ ਜੁਗਾੜ ਹੋ ਗਿਆ, ਜਿਹੜਾ ਆਪਣਾ ਟਰੈਕਟਰ ਜੱਸ ਕੇ ਕਢਾਈ ਉਹ ਆ ਰਿਹਾ ਛੱਡਣ, ਅਤੇ ਫਿਰ ਹਲ ਪਾ ਕੇ ਗੇੜਾ ਲਾਇਆ ਉਹਨੇ ਤੂੜੀ ਦੁਆਲੇ, ਇੱਕ ਵਾਰ ਥਾਂ ਇੱਥੋਂ ਪੱਧਰਾ ਕਰ ਲਈਏ। ਟਰਾਲੀ ਵਾਲੀ ਜਗ੍ਹਾ ਤਾਂ ਆਪਾਂ ਕਲੀਅਰ ਕਰਤੀ, ਨਾਲ ਹੀ ਰੁਕ ਗਿਆ, ਦੇਖ ਲਾ ਹੈਂ, ਇਹ ਪਾਵਰ ਹੈ ਇਹਦੀ, ਕਿੰਨੇ ਕੁ ਬਣ ਗਿਆ ਫਿਰ ਝੋਨਾ ਇਕੱਠਾ ਕਰਕੇ, ਸੋਰੀ ਆਹੋ ਕਣਕ ਇਕੱਠਾ ਕਰਕੇ। ਮੈਂ ਦੇਖਿਆ ਉਹ ਬੈਰਾ ਸੱਚੀ ਉੱਤਰ ਆ ਗਿਆ, ਖੜਾ ਹੀ ਲੱਗਦਾ, ਖੜਾ ਵੀ ਆਇਆ, ਕਰ ਸਕਦਾ ਕੰਮ, ਤੇਰੇ ਚ ਕਲਾ ਹੈ, ਹੈ ਕਲਾ ਤੇਰੇ ਚ। ਚਲੋ ਜੀ, ਟਰੈਕਟਰ ਆ ਚੁੱਕਿਆ, ਹੁਣ ਆਪਾਂ ਫਟਾਫਟ ਗੇੜੇ ਲਾਈਏ। ਤੂੰ ਇੱਦਾਂ ਕਰ, ਇਹਨੂੰ ਵੀਰਜੀ ਨੀ ਛੱਡਿਆ, ਇਹਨੇ ਜਾ ਕੇ ਫਿਰ ਮੰਗਣਾ ਹੋਰ ਪਾਸੇ। 7:15 ਹੋ ਚੁੱਕੇ ਆ, ਅੱਜ ਦੇ ਵਲੋਗ ਦੀ ਐਡਿਟਿੰਗ ਅਜੇ ਮਾੜੀ ਨਹੀਂ ਹੋਈ, ਅਜੇ ਮੈਂ ਚੱਲਾਂ ਪਹਿਲਾਂ ਗੇੜੇ ਲਾਉਣ। ਚਲੋ ਜੀ ਮਿੱਤਰੋ, ਡਨ ਹੋ ਗਿਆ ਕੰਮ। ਚਲੋ ਜੀ, ਹਲ ਕੱਢਤੇ ਅੰਦਰ, ਹੁਣ ਟਰੈਕਟਰ ਲੈ ਜਾਂਦੇ ਘਰੇ, ਕਾਫੀ ਦਿਨਾਂ ਬਾਅਦ ਘਰ ਵਾਪਸੀ ਹੋਣ ਜਾ ਰਹੀ ਹੈ, ਉਹ ਤੁਰ ਪਿਆ ਬਈ। ਚਲੋ, ਜਿਹੜਾ ਜ਼ਰੂਰੀ ਕੰਮ ਕਰਨ ਵਾਲਾ ਸੀਗਾ ਹੋ ਗਿਆ, ਸਾਨ ਮੋੜ ਕਰੀਏ ਆਫ, ਤੇ ਹੁਣ ਐਡੀਟਰ ਮੋੜ ਬਾਜਾ ਮਾਰ ਰਿਹਾ। 8:00 ਮਿੱਤਰ ਕੰਮ ਸ਼ੁਰੂ ਕਰ ਰਿਹਾ, ਇਹਨੂੰ ਹੁਣ ਦਰਗਾਂ ਸ਼ੁਰੂ ਕਰਨਾ, ਦੇਖਦੇ ਕਿੰਨੇ ਵਜੇ ਤੱਕ ਹੁੰਦਾ। ਚਲੋ ਜੀ, ਡਾਇਨਿੰਗ ਬੈੱਡ 'ਤੇ ਰੋਟੀ ਆ ਚੁੱਕੀ ਆ, ਪਹਿਲਾਂ ਰੋਟੀ ਛਕ ਲਈਏ। ਮੰਮਾ ਤਿਆਰ ਆ ਬਸਿਆਰ ਲਈ? ਰਿਜੈਕਟ ਕਰਤਾ, ਰਿਜੈਕਟ ਥੋੜ੍ਹੇ ਕਰਤਾ ਸੀ, ਲੇਟ ਹੋ ਜਾਣਾ। ਅੱਛਾ, ਤਾਂ ਕਹਿੰਦਾ ਵੀ ਸਾਨੂੰ ਵੀ ਹੁਣ ਕੀ ਨੇਰੇ 'ਚ ਔਖੇ ਤੁਰੇ ਫਿਰੂੰਗੇ, 15-20 ਮਿੰਟ ਆ ਜਾਣੇ। ਮੈਨੂੰ ਕੋਈ ਨਹੀਂ, ਕੋਈ ਨਹੀਂ, ਹਾਂ 10 ਵਜੇ ਚੱਲੋਗੇ? ਹਾਂ, ਫਿਰ ਠੀਕ ਆ, ਲੈ ਲਾ ਮਾਮਾ, ਹੈ ਇਕੱਠਾ ਹੀ ਦਲੇਰ ਹੋ ਗਿਆ ਹੁਣ ਤਾਂ, ਦਲੇਰ ਆ, ਸੈਰ ਨੂੰ ਦੇ ਲਾ, ਹੁਣ ਤੱਕ ਸੈਰ ਕਰੀ ਚੱਲਣਾ, ਸਾਰੇ ਵਾਧੇ ਘੱਟੇ ਪੂਰੇ ਕਰਦੇ ਹੈ ਹੁਣ। ਆ ਲਿਆ ਮਾਮਾ ਇਜ਼ ਬੈਕ, ਮਾਮਾ 2.0 ਆ ਗਿਆ। ਮਿੱਤਰ, 10:45 ਹੋ ਚੁੱਕੇ, ਹੁਣ ਵਲੋਗ ਐਡਿਟ ਹੋਇਆ, ਰੈਂਡਰ ਹੋ ਚੁੱਕਾ, ਐਕਚੁਅਲੀ 9:30 ਦਾ ਐਡਿਟ ਹੋਇਆ ਹੈ। ਲਓ ਜੀ, 10:00 ਚੁੱਕੇ ਆ, ਵਲੋਗ ਅਪਲੋਡ ਹੋ ਗਿਆ, ਹੁਣ ਚੱਲੇ ਸੈਰ 'ਤੇ। ਮਾਮਾ ਵੀ ਤਿਆਰ ਅੱਜ ਤਾਂ, ਮਾਮਾ ਸੁੱਤਾ ਹੀ ਨਹੀਂ, ਮਾਮਾ ਕਹਿੰਦਾ ਜਾਣਾ ਸੈਰ 'ਤੇ, ਕਿਆ ਮਾਮਾ, ਮਾਮਾ ਕਮਾਲ ਕਰਤੀ ਯਾਰ, ਚਿਹਰਾ ਕਰਾਤਾ ਅੱਜ ਤਾਂ ਮਾਮਾ, ਯਾਰ ਸਵਾਦ ਲਿਆਤਾ ਮਾਮਾ, ਪਿਆ ਨਹੀਂ ਮਾਮਾ, ਆਰਾਮ ਕਰਨ ਲੱਗ ਪਿਆ, ਕਹਿੰਦਾ ਸੋਣਾ ਨਹੀਂ ਹੈਗਾ, ਜਾਣਾ ਸੈਰ 'ਤੇ, ਮੈਂ ਕਿਹਾ ਟਾਈਮ ਲੈ ਜਾਣਾ, ਕਹਿੰਦਾ ਕੋਈ ਚੱਕਰ ਨਹੀਂ, ਐਪਰੀਸ਼ੀਏਸ਼ਨ ਬਣਦੀ ਆ ਬਈ, ਹਿੰਮਤ, ਹਿੰਮਤ ਨੂੰ ਸਲੂਟ ਆ ਮਾਮੇ। ਮੇਰੇ ਵੀ ਫਿਲਹਾਲ 9000 ਸਟੈਪ ਹੋਏ ਆ, ਤੋ ਆਪਣਾ ਕੰਮ ਥੋੜ੍ਹਾ ਹੀ ਅੱਜ ਵੀ। ਚਲੋ ਜੀ ਮਿੱਤਰੋ, ਅਜੇ 10000 ਸਟੈਪ ਹੋ ਗਏ ਕੰਪਲੀਟ, ਘਰੇ ਆ ਚੁੱਕੇ ਹਾਂ, ਸਵੇਰ ਨੂੰ ਜਲਦੀ ਉੱਠਣਾ। ਚਲੋ,
ਲੈਣੇ ਜਾਣਾ ਕੱਲ ਨੂੰ ਆਪਾਂ ਸਵੇਰ ਨੂੰ ਤਾਂ ਅੱਜ ਤਾਂ ਪਤਾ ਨਹੀਂ ਲੱਗਦਾ ਕਿਹੜੀ ਦੁਨੀਆਂ 'ਚ ਵੱਜਾਂ ਜਿਹੀਆਂ ਪੈ ਰਹੀਆਂ ਇਹਦੀ ਇਹ ਜੋ ਮੈਨੂੰ ਠਾੜਦਾ ਭਾਅ ਜੀ ਉੱਠ ਜਾਓ ਉਹ ਸੁਪਨੇ 'ਚ ਹੀ ਲਿੰਕ ਹੋ ਜਾਂਦਾ ਕਦੇ ਸੁਪਨੇ 'ਚ ਹੀ ਭਾਅ ਜੀ ਆ ਜਾਂਦਾ ਪਤਾ ਨਹੀਂ ਲੱਗਦਾ ਇਹ ਕੌਣ ਬੋਲੀ ਜਾਂਦਾ ਦੋ ਤਿੰਨ ਵਾਰ ਠਾਲੇ ਦੇ ਬਾਅਦ 'ਚ ਸੁਰਤ 'ਚ ਆਉਂਦੀ ਅੱਛਾ ਹਾਂ ਮੈਂ ਇੱਥੇ ਜ਼ਿੰਦਗੀ 'ਚ ਹੈਗੀ ਕਿਤੇ ਯਾਰ ਚਮਕੀਲਾ ਫਿਲਮ ਦੇਖਣੀ ਆ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਆਈ ਨੂੰ ਕੀ ਕਰੀਏ ਹੁਣ ਦਲਜੀਤ ਦੀ ਫਿਲਮ ਹੈ ਜਦੋਂ ਕੋਈ ਵੀ ਆਵੇ ਭਾਵਾਂ ਜਿੱਦਾਂ ਦੀ ਮਰਜ਼ੀ ਆਵੇ ਪਹਿਲੇ ਦਿਨ ਦੇਖ ਲੈਂਦਾ ਹੁੰਦਾ ਸੀ ਪਹਿਲੇ ਦਿਨ ਹੀ ਸਵੇਰ ਨੂੰ ਵੱਲ ਲੁਧਿਆਣੇ ਜਾਣਾ ਹੈ ਜਿੰਮ ਪਹਿਲਾਂ ਲੈ ਕੇ ਆਵਾਂਗੇ ਛੇਤੀ ਤਾਂ ਕਿ 12 ਵਜੇ ਤੋਂ ਪਹਿਲਾਂ 12 ਵਜੇ ਤੋਂ ਪਹਿਲਾਂ ਹੈਗਾ ਵੀ 12 ਵਜੇ ਤੋਂ ਪਹਿਲਾਂ ਆ ਜਾਓ ਫਿਰ ਮਿਲਣਾ ਵੀ ਨਹੀਂ ਨਹੀਂ ਮਿਲਣਾ ਚਲੋ ਜੀ ਮਿੱਤਰੋ 11:30 ਹੋ ਚੁੱਕਿਆ ਸੋ ਥੋੜ੍ਹਾ ਜਿਹਾ ਲੇਟ ਹੋ ਗਿਆ ਸੌਣ ਨੂੰ ਐਡੀਟਿੰਗ ਤਾਂ ਨਹੀਂ ਕੀਤੀ ਅੱਜ ਮੈਚ ਚੱਲ ਰਿਹਾ ਸੀ ਬਹੁਤ ਕਲੋਜ਼ ਹੋ ਗਿਆ ਕੰਮ ਮੈਚ ਦੇਖਣ ਲੱਗ ਗਿਆ ਟਾਈਮ ਹੋ ਚੁੱਕਿਆ ਸੌਣ ਦਾ ਅਤੇ ਬੈੱਡ ਨੂੰ ਜੱਫੀ ਪਾਉਣ ਦਾ ਸੋ ਜਲਦੀ ਉੱਠਣਾ ਸਵੇਰ ਨੂੰ 5 ਵਜੇ 3 ਵਜੇ ਉੱਠ ਹੋ ਗਿਆ ਸੋ ਮੈਨੂੰ ਦਿਓ ਇਜਾਜ਼ਤ ਥੈਂਕ ਯੂ ਸੋ ਮਚ ਆਈ ਕਿਸ ਬਲੌਗ ਕੋ ਪਹੁੰਚਣ ਕੇ ਲੀਏ ਮਿਲਤੇ ਹੈ ਕੱਲ੍ਹ ਵਾਲੇ ਬਲੌਗ ਮੇ